ਅਸੀਂ ਸ੍ਰੀਘਾਟ ਚੌਂਕ ਦੀ ਤਰਫ ਜਿਹੜਾ ਵਾ ਉਹ ਜਾ ਰਹੇ ਹਾਂ ਸ੍ਰੀਘਾਟ ਚੌਂਕ ਦੀ ਤਰਫ ਲੋਕ ਕਹਿੰਦੇ ਆ ਕਿ ਇੱਥੇ ਜਿਹੜਾ ਜਿਸਮ ਫਰੋਸ਼ੀ ਦਾ ਕੰਮ ਜਿਹੜਾ ਉਹ ਹੁੰਦਾ ਵਾ ਜਿਸ ਤਰ੍ਹਾਂ ਲਾਹੌਰ ਹੀਰਾ ਮੰਡੀ ਆ ਔਰ ਤਲੰਬੇ ਅਗਰ ਜਾਈਏ ਉੱਥੇ ਵੀ ਜਿਹੜਾ ਵਾ ਹੈ ਵਾ ਤਲੰਬੇ ਜਿਹੜਾ ਮੰਡੀ ਇੱਦਾਂ ਹੀ ਇਹ ਸ੍ਰੀਘਾਟ ਚੌਂਕ ਆ ਔਰ ਇੱਥੇ ਜਿਹੜਾ ਵਾ ਚਕਲੇ ਵਗੈਰਾ ਔਰ ਇੱਥੇ ਜਿਹੜਾ ਨਾ ਮਤਲਬ ਜਿਸਮ ਫਰੋਸ਼ੀ ਦਾ ਕੰਮ ਹੁੰਦਾ ਵਾ ਅਸੀਂ ਸ੍ਰੀਘਾਟ ਚੌਂਕ ਜਾ ਰਹੇ ਹਾਂ ਉੱਥੇ ਉਹ ਜਿਹੜਾ ਵਾ ਮੰਡੀ ਹੈ ਵਾ ਚਲੋ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਹਾਂ ਸ੍ਰੀਘਾਟ ਦਾ ਹੈ ਜਿਹੜਾ ਵਾ ਇਲਾਕਾ ਵਾ ਜਿੱਥੇ ਅਸੀਂ ਮੌਜੂਦ ਆ ਇੱਥੇ ਜਿਸ ਤਰ੍ਹਾਂ ਲਾਹੌਰ ਹੀਰਾ ਮੰਡੀ ਆ ਔਰ ਜਿਸ ਤਰ੍ਹਾਂ ਤਲੰਬੇ ਮੰਡੀ ਹੈ ਜਿਸਮ ਫਰੋਸ਼ੀ ਦਾ ਇੱਥੇ ਜਿਹੜਾ ਵਾ ਉਹ ਕੰਮ ਹੁੰਦਾ ਵਾ ਇੱਥੇ ਲੋਕਾਂ ਦੇ ਰਹਿਸ਼ੀਆਂ ਨਾਲ ਗੱਲ ਵੀ ਕਰਾਂਗੇ ਇਹ ਜਿਹੜਾ ਤਕਰੀਬਨ ਬਾਜ਼ਾਰ ਜਿਹੜਾ ਵਾ ਉਹ ਇਹੀ ਆ ਸ੍ਰੀਘਾਟ ਚੌਂਕ ਆ ਇੱਥੇ ਮੁਖਤਲਿਫ ਜਿਹੜਾ ਵਾ ਮੰਦਰ ਵਗੈਰਾ ਵੀ ਆ ਤੁਹਾਨੂੰ ਮੰਦਰ ਵਗੈਰਾ ਵੀ ਦਿਖਾਵਾਂਗੇ ਇੱਥੇ ਤਾਂ ਲੋਕਾਂ ਨਾਲ ਜਿਹੜਾ ਉਹ ਗੱਲ ਵੀ ਕਰਦੇ ਹਾਂ ਕਿ ਇਹ ਕਿੰਨੇ ਚਿਰ ਤੋਂ ਜਿਹੜਾ ਵਾ ਇਹ ਮੰਡੀ ਇੱਥੇ ਆਬਾਦ ਆ ਔਰ ਕਿਸ ਕਿੰਨੇ ਕੁ ਘਰ ਇੱਥੇ ਹੈ ਵੀਆਈਪੀ ਫੈਮਿਲੀ ਸੇ ਹੋਤੇ ਅੱਛੀ ਫੈਮਿਲੀ ਬਿਲੋਂਗ ਕਰਨੇ ਵਾਲੇ ਹੋਤੇ ਜੋ ਉਹ ਆਤੇ ਅੱਛਾ ਯਹਾਂ ਪੇ ਉਸ ਕੰਮ ਕੇ ਲਈ ਆਤੇ ਹੈ ਜੀ ਅੱਛਾ 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 ਤੋ ਔਰ ਇਸ ਕੇ ਇਲਾਵਾ ਔਰ ਕਿਆ ਬਤਾਨਾ ਚਾਹੋਗੇ ਯਹਾਂ ਕੇ ਹਵਾਲੇ ਸੇ ਜੋ ਇਹੀ ਬਤਾਨਾ ਚਾਹਤੇ ਜੋ ਕੁਛ ਗਲਤ ਹੈ ਆਨੇ ਵਾਲੀ ਨਸਲ ਕੇ ਲਈ ਬੇਕਾਰ ਚੀਜ਼ ਗਲਤ ਹੈ ਇਹ ਸਭ ਛੋਟੇ ਛੋਟੇ ਬੱਚੇ ਰਹਿਤੇ ਕਿਆ ਸੋਚਦੇ ਸਹੀ ਸਹੀ ਤੋ ਇਨਕੀ ਫੈਮਿਲੀਜ਼ ਵਗੈਰਾ ਵੀ ਹੋਤੀ ਹੈ ਯਹਾਂ ਪੇ ਨਹੀਂ ਫੈਮਿਲੀ ਪੰਜਾਬ ਸੇ ਆਤੀ ਹੈ अच्छा इनकी फैमिली ज़्यादा नहीं होती यहाँ पे कोई फैमिली नहीं होती अच्छा मतलब खाली कमरे लेके बस उसमें जगह वगैरह इनकी अपनी सब कुछ होती है जो बुलाते हैं ना हाँ तो इनको जगह भी देते हैं अच्छा 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 तो वैसे यहाँ पे जो जो रोशनियों का टाइम है जो जहाँ पे रश का टाइम है वो क्या है वो तकरीबन 9:30 बजे का टाइम रात को वहाँ भी होता है भाई इतना नहीं होता है वो जो रात को होता है ना वो होता है वो टाइम होता है ठीक हो गया अच्छा यहाँ पे नॉर्मल लोगों की रहाइश भी है काफ़ी शरीफ मोहल्ल शरीफ अच्छा। पड़ोसी हमारे गैर मुस्लिम है अच्छा तामों ने खाया पिया उनके साथ है अलग उसकी बात नहीं तो यहाँ पे आप लोगों को तकलीफ नहीं होती इसकी कोई तकलीफ नहीं माशाल्लाह अपनी इमाम बार गए यहाँ माशाल्लाह हम मैं उमरा भी करा हुआ कैसे बात नहीं मातमी हम ऐसे कामों में नहीं नहीं वैसे मैं कह रहा हूँ कि कभी तकलीफ नहीं हुई ऐसे नहीं अपने काम बाहर होता है बाहर करके चले जाते हैं हमारे पास हम भागा देते हैं अच्छा 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 ठीक हो गया तो ये कितने मतलब आपने कहा कि 30 के घर होंगे करीब 30-40 ऐसे होंगे 30-40 घर ऐसे हैं जो यहाँ पे स्थान ठीक हो गया तो ये गली है और बाकी सामने लगा फिर हम गेट आने जाते हैं पीछे पीछे वाला भी है अच्छा हाँ और ये हाँ वो ये लगा है अच्छा इधर है इनके लिए अंदर है ये गली है और मंदिर है पीछे मंदिर है यार मंदिर चलें मंदिर देखना यार हमने हाँ चलो अच्छा यहाँ पे हिंदू लोग भी आते हैं भाई आप हिंदू हैं यार आओ भाई वाह भाई मैं आपके बिरला मंदिर ये जी यहाँ पे छोटा सा मंदिर है ये किसका मंदिर है और मंदिर केड़ी जगह थे और मंदिर जाके देखते हैं चलो आओ ऐ जी एक होर जेड़ा वा ਉਹ ਛੋਟਾ ਮੰਦਰ ਇੱਥੇ ਜਿਹੜਾ ਹੈ ਸ੍ਰੀਘਾਟ ਦੇ ਇਲਾਕੇ ਦੇ ਵਿੱਚ ਇਹ ਵੀ ਇੱਕ ਮੰਦਰ ਹੈ ਇੱਕ ਅੱਗੇ ਮੰਦਰ ਹੈ ਵਾ ਥੋੜ੍ਹਾ ਜਿਹਾ ਅੱਗੇ ਜਾਈਏ ਉੱਥੇ ਵੀ ਮੰਦਰ ਹੈ ਇੱਕ ਛੋਟਾ ਮੰਦਰ ਆ ਅੱਗੇ ਚੱਲਦੇ ਹਾਂ ਤੁਹਾਨੂੰ ਉਹ ਵੀ ਮੰਦਰ ਜਿਹੜਾ ਵਾ ਉਹ ਦਿਖਾਉਂਦੇ ਹਾਂ